मोदी अपने लिए चंगा बंदा, मोदी अपने लिए बहुत चंगा बंदा। ਇਹ ਗੱਲ ਕਿਸੇ ਆਰਟਿਸਟ ਸਿੰਗਰ ਦੀ ਕਹਿਣ ਦੀ ਹਿੰਮਤ ਜ਼ਰੂਰਤ ਨਹੀਂ ਪੈਂਦੀ। ਗੱਲ ਕਰ ਰਹੇ ਨੇ ਸੈਂਟਰ ਸਰਕਾਰ ਦੇ, ਕੱਲਾ ਮੋਦੀ ਤੇ ਬਲੇਮ ਲਾ ਰਹੇ ਨੇ, ਮੋਦੀ 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 ਹੋ ਕਿਹੜੇ ਹਿਸਾਬ ਨਾਲ ਜਾ ਕੇ ਦਿੱਲੀ ਧਰਨਾ ਲਾ ਸਕਦੇ, ਮੂੰਹ ਨਹੀਂ ਹੈਗਾ ਇਹਨਾਂ ਕੋਲੇ ਧਰਨਾ ਲਾਉਣ ਦਾ। ਜਦੋਂ ਮੈਂ ਟੋਲ ਟੈਕਸ 'ਚ ਮੈਂ ਦੋ ਦਿਨਾਂ 'ਚ ਖੜਿਆ ਹੁੰਦਾ, ਸਾਰੇ ਮੇਰੇ 'ਚ ਇੰਨੀ ਜ਼ਰੂਰਤ ਹੈ ਵੀ ਪੰਜਾਬ ਦੀਆਂ ਸੜਕਾਂ ਤੋਂ ਟੋਲ ਟੈਕਸ ਸਦਾ ਲਈ ਹੀ ਪੱਟ ਦੂੰ। ਮੇਰੇ ਤਾਂ ਇਹ ਪੱਕੇ ਦੁਸ਼ਮਣ ਨੇਗੇ, ਮੇਰੇ ਤਾਂ ਇਹ ਪੱਕੇ, ਮੇਰੇ ਤਾਂ ਇਹਨਾਂ ਦਾ ਇੱਟ ਕੁੱਤੇ ਵਾਲਾ ਪੈਰ ਆ ਟੋਲ ਟੈਕਸ ਨਾਲ। ਗੱਲਾਂ ਮੈਂ ਦੋ ਹੀ ਕਰਨੀਆਂ ਨਹੀਂ ਆ, ਦੋ ਗੱਲਾਂ ਥੋੜੀਆਂ ਜਿਹਾ ਮੈਂ ਸਮਝਾ ਕੇ ਤੁਹਾਨੂੰ ਕਰਨੀਆਂ ਨਹੀਂ ਆ, ਤੁਹਾਨੂੰ ਦੋਨਾਂ ਗੱਲਾਂ ਨੂੰ ਹੀ ਸਮਝਣਾ ਪੈਣਾ। ਦੋ ਗੱਲਾਂ ਕਰਨੀਆਂ ਨੇ, ਦੋ ਮੇਰੇ ਕੋਲ ਮੁੱਦੇ ਮੇਣੇ। ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਿਹਨੇ ਵੀ ਜਾਣੇ ਤੁਸੀਂ ਲਾਈਵ ਦੇਖ ਰਹੇ ਹੋ, ਸਾਰਿਆਂ ਨੂੰ ਫਤਿਹ ਪ੍ਰਵਾਨ ਕਰਨੀ ਸਾਰਿਆਂ ਨੇ। ਅਤੇ ਨੰਬਰ ਇੱਕ ਗੱਲ ਤਾਂ ਕਰਨੀ ਹੈ ਮੈਂ ਮੋਦੀ 'ਤੇ, ਵੀ ਮੋਦੀ ਬਹੁਤ ਚੰਗਾ ਬੰਦਾ, ਮੋਦੀ ਗੁੱਡ ਬੰਦਾ। ਮੈਂ ਕਿਵੇਂ ਇਹ ਸਮਝ ਨਹੀਂ ਪੈਣੀ ਆ ਮੋਦੀ ਕਿਵੇਂ ਆ। ਮੋਦੀ ਆਪਣੇ ਲਈ ਬਹੁਤ ਚੰਗਾ, ਆਪਣੇ ਲਈ ਮੋਦੀ ਬਹੁਤ ਚੰਗਾ ਬੰਦਾ। ਦੂਜੀ ਗੱਲ ਕਰਨੀ ਹੈ ਮੈਂ ਟੋਲ ਟੈਕਸਾਂ 'ਤੇ, ਮੋਦੀ ਕਿਵੇਂ ਗੁੱਡ ਬੰਦਾ, ਕਿਵੇਂ ਚੰਗਾ ਬੰਦਾ। ਦੂਜੀ ਜਿਹੜੀ ਟੋਲ ਟੈਕਸ ਵਾਲੀ ਗੱਲ ਚੱਲੂਗੀ, ਮੋਦੀ ਆਪਣੇ ਲਈ ਚੰਗਾ ਬੰਦਾ, ਮੋਦੀ ਆਪਣੇ ਲਈ ਬਹੁਤ ਚੰਗਾ ਬੰਦਾ। ਜਿਹੜੇ ਮੋਦੀ ਦੇ ਅਵਾਨੀ, ਮੁਕੇਸ਼ ਅਵਾਨੀ ਵਰਗੇ ਜਾਂ ਅਡਵਾਨੀ ਅਡੂਨੀ ਵਰਗੇ ਜਿਨ੍ਹਾਂ ਨੇ ਮੋਦੀ ਨੂੰ ਬਣਾਇਆ, ਉਹਨਾਂ ਦਾ ਮੋਦੀ ਕੰਮ ਕਰ ਰਿਹਾ, ਉਹਨਾਂ ਦਾ ਮੋਦੀ ਕੰਮ ਕਰ ਰਿਹਾ। ਤੁਸੀਂ ਇੱਕ ਗੱਲ ਦੇਖੀ ਆ ਵੀ ਜਿੰਨੇ ਵੀ ਹੁਣ ਧਰਨੇ ਮੁਜ਼ਾਹਰੇ ਚੱਲ ਰਹੇ ਨੇਗੇ, ਜਿੰਨੇ ਵੀ ਤੁਸੀਂ ਧਰਨੇ ਮੁਜ਼ਾਹਰੇ ਚੱਲ ਰਹੇ ਨੇ, ਇੱਕ ਸਿੰਗਰ ਵੀ ਸਾਡੇ ਆਰਟਿਸਟ ਵੀ ਧਰਨਿਆਂ ਦੇ ਵਿੱਚ ਨੇਗੇ, ਸਿੰਗਰ ਵੀ ਸਾਰੇ ਧਰਨਿਆਂ ਦੇ ਵਿੱਚ ਨੇ, ਸਾਰੇ ਧਰਨਿਆਂ ਦੇ ਵਿੱਚ ਚੱਲ ਰਹੇ ਨੇ, ਉਹ ਚੱਲ ਰਹੇ ਨੇ। ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਸਿੰਗਰਾਂ ਦਾ, ਆਰਟਿਸਟਾਂ ਨੂੰ, ਸਿੰਗਰਾਂ ਨੂੰ ਫੋਲੋ ਕਰਦੇ ਨੇ। ਪਰ ਇੱਕ ਗੱਲ ਨਹੀਂ ਕੋਈ ਕਹੀ, ਕਹਿੰਦੇ ਜੇ ਅੱਜ ਤੱਕ ਕਿਸੇ ਨੇ ਸੱਚ ਬੋਲਿਆ, ਸੱਚ ਬੋਲਣ ਵਾਲੇ ਨੂੰ ਸੂਲੀ 'ਤੇ ਚੜ੍ਹਨਾ ਪਿਆ, ਜੀਸੂ ਮਸੀਹ ਨੇ ਬੋਲਿਆ, ਸੱਚ ਬੋਲਿਆ ਸਾਡੇ ਗੁਰੂ ਸਾਹਿਬਾਨਾਂ ਨੂੰ ਤੱਤੀ ਤਵੀ 'ਤੇ ਬੈਠਣਾ ਪਿਆ, ਸੱਚ ਬੋਲਿਆ ਗੁਰੂ ਤੇਗ ਬਹਾਦਰ ਨੇ, ਉਹਨੂੰ ਜਾ ਕੇ ਉੱਥੇ ਦਿੱਲੀ ਦੇ ਵਿੱਚ ਸੀਸ ਕਟਵਾਉਣਾ ਪਿਆ। ਜਿਨ੍ਹਾਂ ਜਿਨ੍ਹਾਂ ਨੇ ਅੱਜ ਤੱਕ ਸੱਚ ਬੋਲਿਆ ਉਹਨਾਂ ਨੂੰ ਸੱਚ 'ਤੇ ਚੜ੍ਹਨਾ ਪਿਆ। ਅੱਜ ਤੱਕ ਤੁਸੀਂ ਜਿਹੜੇ ਸਿੰਗਰ ਧਰਨਿਆਂ ਦੇ ਵਿੱਚ ਚੱਲ ਰਹੇ ਨੇ, ਉਹਨਾਂ ਇੱਕ ਚੀਜ਼ ਕਿਸੇ ਨੇ ਬੋਲੀ, ਤੁਸੀਂ ਬੋਲੀ ਹੈ ਮੋਦੀ ਬਿਲਕੁਲ ਚੰਗਾ ਬੰਦਾ ਹੈ। ਇਹ ਕਿਵੇਂ ਚੰਗਾ ਬੰਦਾ ਹੈ, ਮੋਦੀ ਚੰਗਾ ਬੰਦਾ ਹੈਗਾ, ਠੱਗ ਕਿਹੜੇ ਨੇ, ਚੋਰ ਕਿਹੜੇ ਨੇ। ਜੇ ਅਸੀਂ ਆਪਣੇ ਆਪ ਨੂੰ ਜਾ ਕੇ, ਜੇ ਸਾਡਾ ਘਰ ਹੈ, ਅਸੀਂ ਸਾਡੇ ਘਰ ਨੂੰ ਜਾ ਕੇ ਕਿਤੇ ਵੇਚਾਂਗੇ, ਜਾਂ ਮੰਨ ਕੇ ਚੱਲ ਅਸੀਂ ਕਹਾਂਗੇ ਵੀ ਸਾਡੇ ਘਰ ਨੂੰ ਆ ਕੇ ਲੁੱਟ ਲਓ। ਮੇਰੇ ਪਰਿਵਾਰ ਦੇ 5 ਮੈਂਬਰ ਨੇਗੇ, ਆਹ ਬਾਈ ਬਠਿੰਡੇ ਤੋਂ ਆਏ ਨੇਗੇ, ਇਹ ਬਹੁਤ ਸਾਰੀਆਂ ਸੰਸਥਾਵਾਂ ਨਾਲ ਸੰਬੰਧਿਤ ਰੱਖਦੇ ਨੇਗੇ, ਕਈ ਭਗਤ ਸ਼ਹੀਦ ਊਧਮ ਸਿੰਘ ਜਿਹੜਾ ਕਲੱਬ ਆ ਉਹਦੇ ਪ੍ਰਧਾਨ ਨੇਗੇ, ਅਤੇ ਇਹਦੇ ਬਾਰੇ ਮੈਂ ਤੁਹਾਨੂੰ ਬਾਅਦ 'ਚ ਇੰਟਰੋਡਕਸ਼ਨ ਕਰਾਉਣਾ। ਸਾਡੇ ਘਰ ਦੇ ਵਿੱਚ 5 ਮੈਂਬਰ ਨੇਗੇ, ਇੱਕ ਮੈਂਬਰ ਜੇ ਘਰ ਦਾ ਮੈਂਬਰ ਇੱਕ ਜਾ ਕੇ ਘਰੇ ਜਾ ਕੇ ਕਿਤੇ ਸਾਨੂੰ ਬਾਹਰ ਸਾਡੇ ਘਰ ਨੂੰ ਜਾ ਕੇ ਵੇਚੇ, ਸਾਡੇ ਘਰ ਦਾ ਚੰਗਾ ਕੰਮ ਨਾ ਕਰੇ, ਤਾਂ ਸਾਡੇ ਉਹ ਮੈਂਬਰ ਤਾਂ ਸਾਡਾ ਘਰ ਦਾ ਮੈਂਬਰ ਹੈ ਨਹੀਂਗਾ। ਇਹਦੇ ਵਿੱਚ ਗੱਲ ਸਮਝਾਉਣ ਦੀ ਤੁਹਾਨੂੰ ਮੈਂ ਕੋਸ਼ਿਸ਼ ਕੀ ਕਰ ਰਿਹਾ। ਸਭ ਤੋਂ ਵੱਡੇ ਦੁਸ਼ਮਣ ਹੈਗੇ ਨੇਗੇ ਸਾਡੇ ਪੰਜਾਬ ਦੇ, ਸਾਡੇ ਆਪਣੇ ਦੁਸ਼ਮਣ ਨੇਗੇ। ਅਸੀਂ ਮੋਦੀ ਨੂੰ ਕਿਉਂ ਦੋਸ਼ ਦਈਏ, ਮੋਦੀ ਤਾਂ ਗਦਾਰ, ਉਹ ਤਾਂ ਠੀਕ ਸਾਰਾ ਕੁਝ ਹੈਗਾ ਹੀ ਹੈਗਾ। ਜਿਨ੍ਹਾਂ ਨੇ ਸਾਨੂੰ, ਨੌਜਵਾਨਾਂ ਨੂੰ ਇਸ ਗੱਲ ਸਮਝਾਓ ਵੀ ਪੰਜਾਬ ਦੇ ਵਿੱਚ ਗੰਦ ਕਿਹਨੇ ਪਾਇਆ, ਸਭ ਤੋਂ ਵੱਧ ਪੰਜਾਬ ਦੇ ਵਿੱਚ ਗੰਦ ਪਾਇਆ ਬਾਦਲਾਂ ਨੇ, ਕੈਪਟਨ ਨੇ ਗੰਦ ਪਾਇਆ। ਇਸ ਦੇ ਪ੍ਰਤੀ ਮੈਨੂੰ ਧਮਕੀਆਂ ਵੀ ਆ ਰਹੀਆਂ ਨੇਗੀਆਂ। ਮੈਂ ਸੱਚ ਬੋਲਦਾ, ਮੈਂ ਬੋਲੂੰਗਾ ਯਾਰ, ਜੇ ਅਸੀਂ ਮੋਦੀ ਕੋਲੇ ਜਾ ਕੇ ਪਹਿਲਾਂ ਵੇਚ ਕੇ ਆਏ, ਅਸੀਂ ਕੋਲੇ ਮੋਦੀ ਕੋਲੇ ਜਾ ਕੇ ਵੇਚਿਆ, ਉਹਨੂੰ ਤਾਂ ਖਰੀਦਣਾ ਹੈ। ਹੁਣ ਮੈਂ ਵਪਾਰੀ ਹਾਂ, ਮੈਂ ਬਿਜ਼ਨਸਮੈਨ ਬੰਦਾ ਹੈ, ਜੋ ਕਿ ਮੇਰੇ ਕੋਲੇ ਆ ਕੇ ਕੋਈ ਚੀਜ਼ ਵੇਚੂਗਾ ਉਹਨੂੰ ਤਾਂ ਮੈਂ ਖਰੀਦੂੰਗਾ ਹੀ। ਮੋਦੀ ਕੌਣ ਹੈ, ਮੋਦੀ ਵਪਾਰੀ ਹੈ, ਬਿਜ਼ਨਸਮੈਨ ਬੰਦਾ ਹੈ। ਮੋਦੀ ਕਿਹਨੇ ਬਣਾਇਆ ਹੋਇਆ, ਅਵਾਨੀਆਂ ਨੇ ਮੋਦੀ ਬਣਾਇਆ ਹੋਇਆ, ਅਵਾਨੀਆਂ ਨੇ ਮੋਦੀ ਨੂੰ ਬਣਾਇਆ ਹੋਇਆ। ਮੋਦੀ ਇੱਕ ਬਿਜ਼ਨਸਮੈਨ ਬੰਦਾ। ਹੁਣ ਅਸੀਂ ਕਿਸੇ ਚੀਜ਼ ਨੂੰ ਜਾ ਕੇ ਅਸੀਂ ਪੰਜਾਬ ਨੂੰ ਵੇਚਣ ਚੱਲੇ ਹਾਂ, ਪੰਜਾਬ ਨੂੰ ਅਸੀਂ ਦਿੱਲੀ ਜਾ ਕੇ ਵੇਚ ਕੇ ਆ ਰਹੇ ਹਾਂ, ਅਸੀਂ ਉਹ ਤਾਂ ਖਰੀਦਣਗੇ ਸਾਨੂੰ। ਇਹ ਗੱਲ ਕਿਸੇ ਆਰਟਿਸਟ ਸਿੰਗਰ ਦੀ ਕਹਿਣ ਦੀ ਹਿੰਮਤ ਜ਼ਰੂਰਤ ਨਹੀਂ ਪੈਂਦੀ। ਗੱਲ ਕਰ ਰਹੇ ਨੇ ਸੈਂਟਰ ਸਰਕਾਰ ਦੇ, ਕੱਲਾ ਮੋਦੀ ਤੇ ਬਲੇਮ ਲਾ ਰਹੇ ਨੇ, ਮੋਦੀ 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 ਹੋ ਰਹੀ ਆ। ਮੈਂ ਕਿੱਦਣ ਦੀ ਇਹ ਗੱਲ ਸੁਣ ਰਿਹਾ ਵੀ ਸੱਚ ਕਦੋਂ ਬੋਲਣਗੇ ਇਹ ਆਰਟਿਸਟ, ਜਿਹੜੇ ਸਿੰਗਰ ਇਹ ਗੱਲ ਕਿਤੇ ਨਹੀਂ ਜਾਏ ਕਹਿੰਦੇ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਬੀਬਾ ਹਰਸਿਮਰਤ ਕੌਰ ਬਾਦਲ, ਸ਼੍ਰੋਮਣੀ ਅਕਾਲੀ ਦਲ ਬਾਦਲ ਉੱਥੇ ਜਾ ਕੇ ਸਾਨੂੰ ਵੇਚ ਕੇ ਆਏ ਨੇਗੇ। ਪਹਿਲਾਂ ਹੀ ਆਰਡੀਨੇਸ਼ਨ ਦਾ ਪੱਖ ਕਰ ਰਹੇ ਸੀ, ਇਹ ਪੱਖ ਦੇ ਵਿੱਚ ਸੀ। ਕੈਪਟਨ ਅਮਰਿੰਦਰ ਸਿੰਘ, ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਲਓ, ਯੂਥ ਨੂੰ ਸਮਝਣਾ ਪਊ, ਮੈਂ ਸੱਚ ਗੱਲ ਬੋਲ ਰਿਹਾ। ਕੈਪਟਨ ਅਮਰਿੰਦਰ ਸਿੰਘ, ਇਹੀ ਕੈਪਟਨ ਅਮਰਿੰਦਰ ਸਿੰਘ ਜਦੋਂ ਪਹਿਲਾਂ ਆ ਕੇ ਇਸ ਬਿੱਲ ਤੇ ਚਰਚਾ ਹੁੰਦੀ ਹੈ, ਬਿੱਲ ਅੱਜ ਦਾ ਨਹੀਂ ਚੱਲ ਰਿਹਾ, ਬਿੱਲ ਬਹੁਤ ਟਾਈਮ ਪਹਿਲਾਂ ਪਾਸ ਕਰਨ ਦੀ ਗੱਲਾਂ ਬਾਤਾਂ ਚੱਲ ਰਹੀਆਂ ਨੇ, ਉਹ ਤਾਂ ਸਹਿਮਤੀ ਪ੍ਰਗਟ ਕਰਕੇ ਆਏ ਨੇ ਕਾਂਗਰਸੀ। ਹੁਣ ਬਾਈ ਧਰਨੇ ਲਾਉਣ ਦਾ ਕੀ ਫਾਇਦਾ, ਹੁਣ ਮੁਜ਼ਾਹਰੇ ਕਰਨ ਦਾ ਕੀ ਫਾਇਦਾ। ਮੋਦੀ ਚਾਹੇ ਜਿੰਨੇ ਮੰਨ ਕੇ ਚੱਲ ਅਕਾਲੀ ਜਾਂ ਕਾਂਗਰਸੀ, ਦਿੱਲੀ ਕਿਉਂ ਨਹੀਂ ਜਾ ਕੇ ਧਰਨਾ ਲਾਉਂਦੇ, ਕਿਸਾਨ ਯੂਨੀਅਨ ਨੂੰ ਕਿਉਂ ਕਹਿ ਰਹੇ ਨੇ ਵੀ ਸਾਡੇ ਨਾਲ ਜਾ ਕੇ ਧਰਨਾ ਲਾਓ, ਕਿਉਂਕਿ ਉੱਥੇ ਪਹਿਲਾਂ ਵਿਕੇ ਹੋਏ ਨੇ, ਹੱਥ ਬਣਾਏ ਹੋਏ ਨੇ ਕਿ ਕਿਹੜੇ ਹਿਸਾਬ ਨਾਲ ਜਾ ਕੇ ਧਰਨਾ ਲਾਉਣਗੇ ਇਹ ਦਿੱਲੀ, ਕਿਹੜੇ ਹਿਸਾਬ ਨਾਲ ਜਾ ਕੇ ਦਿੱਲੀ ਧਰਨਾ ਲਾ ਸਕਦੇ, ਮੂੰਹ ਨਹੀਂ ਹੈਗਾ ਇਹਨਾਂ ਕੋਲੇ ਧਰਨਾ ਲਾਉਣ ਦਾ। ਹੁਣ ਤੁਸੀਂ ਕੀ ਕਰ ਰਹੇ ਹੋ,
ਤੁਸੀਂ ਕਹਿੰਦੇ ਵੀ ਉਹ ਜਿਵੇਂ ਆਪਾਂ ਕਹਿੰਦੇ ਉਹ ਡੰਡੇ ਖਾਣ ਨੂੰ ਬਾਂਦ ਰਹੀ ਉਹ ਰਿਸ ਵੀ ਡੰਡੇ ਖਾਣ ਨੂੰ ਤਾਂ ਅਸੀਂ ਉੱਥੇ ਜਾ ਕੇ ਬੇਕਾਮ ਹੋ ਤੁਸੀਂ ਕਿਸੇ ਆਰਟਿਸਟ ਕਿਸੇ ਸਿੰਗਰ ਦੀ ਇਹ ਬੋਲਣ ਦੀ ਜ਼ਰੂਰਤ ਨਹੀਂ ਹੈਗੀ ਵੀ ਸਰਦਾਰ ਸਿੰਘ ਜੀ ਨਾਂ ਲੈ ਕੇ ਬੋਲੋ ਮੈਂ ਨਾਂ ਲੈ ਕੇ ਬੋਲਦਾ ਮੈਨੂੰ ਕੀ ਆ ਯਾਰ ਮੈਂ ਨਾਂ ਲਾ ਕੇ ਬੋਲੂ ਮੈਂ ਕਿਹੜਾ ਕਿਸ ਤੋਂ ਡਰਦਾ ਸੁਖਵੀਰ ਬਾਦਲ ਬੀਬਾ ਹਰਸਿਮਰਤ ਕੌਰ ਬਾਦਲ ਅਕਾਲੀਆਂ ਦਾ ਸਾਰਾ ਲਾਣਾ ਬਾਣਾ ਕੈਪਟਨ ਦਾ ਸਾਰਾ ਲਾਣਾ ਬਾਣਾ ਇਹ ਜਾ ਕੇ ਉੱਥੇ ਜਾ ਕੇ ਵਿਕ ਕੇ ਆਏ ਨੇਗੇ ਇਹ ਗੱਲ ਕਿਸੇ ਸਿੰਗਰ ਨੇ ਬੋਲੀ ਅੱਜ ਤੱਕ ਡਰਦੇ ਨੇ ਜੋ ਲੋਕਾਂ ਨੂੰ ਫੁੱਦੂ ਬਣਾਈ ਜਾਂਦੇ ਨੇ ਸਟੇਜਾਂ 'ਤੇ ਖੜ ਕੇ ਮੋਦੀ ਵਿਰੁੱਧ ਬੋਲ ਕੇ ਮੋਦੀ ਚੰਗਾ ਬੰਦਾ ਮੋਦੀ ਬਿਜ਼ਨਸਮੈਨ ਬੰਦਾ ਹੈ ਮੋਦੀ ਜਿਹੜਾ ਬੰਦਾ ਆਰਐਸਐਸ ਨੇ ਬਣਾਇਆ ਆਰਐਸਐਸ ਨੇ ਬਣਾਇਆ ਉਹ ਆਰਐਸਐਸ ਦਾ ਕੰਮ ਕਰ ਰਿਹਾ ਮੋਦੀ ਆਰਐਸਐਸ ਨੇ ਬਣਾਇਆ ਉਹ ਆਰਐਸਐਸ ਦਾ ਕੰਮ ਕਰ ਰਿਹਾ ਉਹ ਬੰਦਾ ਬੁਰਾ ਨਹੀਂ ਹੈਗਾ ਬੁਰੇ ਸਾਡੇ ਆਪਣੇ ਨੇਗੇ ਆਰਐਸਐਸ ਨੇ ਬਣਾ ਕੇ ਆਰਐਸਐਸ ਤਾਂ ਇਹ ਚਾਹੁੰਦੀ ਹੈ ਕਿ ਪੰਜਾਬ ਨੂੰ ਖਤਮ ਕਰਿਆ ਜਾਵੇ ਉਹ ਕੰਮ ਕਰ ਰਿਹਾ ਉਹ ਮੋਦੀ ਸਮਝਣਾ ਪੈਣਾ ਇਸ ਗੱਲ ਨੂੰ ਆਰਐਸਐਸ ਕਹਿੰਦੀ ਆ ਵੀ ਪੰਜਾਬ ਦੇ ਲੋਕਾਂ ਨੂੰ ਖਤਮ ਕਰੋ ਉਹ ਹੀ ਆਰਐਸਐਸ ਮੋਦੀ ਜਿਹੜਾ ਪੰਜਾਬ ਨੂੰ ਖਤਮ ਕਰਨ ਦਾ ਕੰਮ ਕਰ ਰਿਹਾ ਮੋਦੀ ਨਹੀਂ ਮਾੜਾ ਹੈਗਾ ਮੋਦੀ ਕੋਲੇ ਅਸੀਂ ਆਪਣੇ ਪੰਜਾਬ ਨੂੰ ਵੇਚ ਕੇ ਆਏ ਹਾਂ ਇਹੀ ਗੱਲ ਅੱਜ ਤੱਕ ਕਿਸੇ ਨੇ ਇਹ ਬੰਦੇ ਨੇ ਗੱਲ ਨਹੀਂ ਬੋਲੀ ਮੈਂ ਕਿਸੇ ਦੇ ਭਾਸ਼ਣ 'ਚ ਇਹ ਗੱਲ ਨਹੀਂ ਸੁਣੀ ਜਦੋਂ ਅੰਗਰੇਜ਼ ਪੰਜਾਬ ਦੇ ਵਿੱਚ ਆਏ ਨੇਗੇ ਅੰਗਰੇਜ਼ਾਂ ਦੀ ਜ਼ਰੂਰਤ ਨਹੀਂ ਸੀ ਮਹਾਰਾਜਾ ਰਣਜੀਤ ਸਿੰਘ ਤੋਂ ਸਿੱਖ ਕੌਮ ਤੋਂ ਇੰਨਾ ਜ਼ਿਆਦਾ ਡਰਦੇ ਸੀਗੇ ਕਿ ਉਹਨਾਂ ਦੇ ਵੀ ਪੰਜਾਬ ਵੱਲ ਅੱਖ ਪੱਟ ਕੇ ਨਹੀਂ ਸੀ ਉਹ ਦੇਖ ਸਕਦੇ ਅੰਗਰੇਜ਼ਾਂ ਨੂੰ ਕੌਣ ਪੰਜਾਬ ਦੇ ਵਿੱਚ ਲੈ ਕੇ ਆਇਆ ਜਦੋਂ ਪਹਿਲਾਂ ਸਾਡਾ ਪੰਜਾਬ ਗੁਲਾਮ ਹੋਇਆ ਉਦੋਂ ਅੰਗਰੇਜ਼ਾਂ ਨੂੰ ਪੰਜਾਬ ਦੇ ਵਿੱਚ ਲੈ ਕੇ ਕੌਣ ਆਇਆ ਇਹੀ ਕੈਪਟਨ ਇਹੀ ਵੱਡੇ ਵੱਡੇ ਘਰਾਣੇ ਇਹੀ ਮਜੀਠੀਏ ਘਰਾਣੇ ਕੈਪਟਨ ਨੂੰ ਪੰਜਾਬ ਦੇ ਵਿੱਚ ਆਹ ਅੰਗਰੇਜ਼ਾਂ ਨੂੰ ਪੰਜਾਬ ਦੇ ਵਿੱਚ ਆਏ ਵੀ ਆਓ ਆ ਕੇ ਸਾਡੇ 'ਤੇ ਰਾਜ ਕਰੋ ਆਪਦੀਆਂ ਇਹਨਾਂ ਦੇ ਕੋਲੇ ਇਹਨਾਂ ਦੇ ਧੀ ਪੁੱਤੇ ਹਮੇਸ਼ਾ ਤੋਂ ਹੀ ਪਹਿਲਾਂ ਤੋਂ ਅਮੀਰ ਚੱਲੇ ਆਉਂਦੇ ਨੇ ਦੇਖੋ ਵੀਰੋ ਜਿਹੜੇ ਤੁਸੀਂ ਮੈਨੂੰ ਅਕਾਲੀ ਕਾਂਗਰਸੀ ਮੈਨੂੰ ਸਾਰੀਆਂ ਮੇਰੇ ਕੋਲੇ ਆ ਗਈਆਂ ਧਮਕੀਆਂ ਤੁਹਾਡੀਆਂ ਆ ਗਈਆਂ ਮੇਰੇ ਤੁਸੀਂ ਮੇਰੇ ਭਰਾ ਹੋ ਜੇ ਤੁਸੀਂ ਸੱਚੇ ਹੋ ਤਾਂ ਸੱਚੇ ਮਨ ਨਾਲ ਸੱਚੀ ਗੱਲ ਕਹੋ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਗੱਲ ਕਹੋ ਸੁਖਵੀਰ ਬਾਦਲ ਨੂੰ ਇਹ ਗੱਲ ਕਹੋ ਮੇਰਾ ਤੁਹਾਡੇ ਨਾਲ ਕੋਈ ਰੌਲਾ ਨਹੀਂ ਮੇਰੇ ਅਕਾਲੀਆਂ ਨਾਲ ਰੌਲਾ ਨਹੀਂ ਮੇਰੇ ਕਾਂਗਰਸ ਦੀਆਂ ਭਰਾਵਾਂ ਨਾਲ ਰੌਲਾ ਨਹੀਂ ਤੁਸੀਂ ਆਪਾਂ ਮਾੜੇ ਮਾੜੇ ਆਪਣੇ ਸਵਾਰਥਾਂ ਖਾਤਰ ਆਪਾਂ ਇਹ ਗੱਲ ਕਹਿ ਨਹੀਂ ਸਕਦੇ ਅੱਜ ਕੀ ਆ ਅੱਜ ਸੁਖਵੀਰ ਬਾਦਲ ਰੋਡ ਸ਼ੋਅ ਰੱਖੀ ਬੈਠਾ ਟਰੈਕਟਰਾਂ ਦਾ ਵੀ ਕਿਸਾਨ ਯੂਨੀਅਨ ਦਾ ਜਿਹੜਾ ਸਾਡੇ ਧਰਨੇ ਲੱਗੇ ਨੇ ਉਹਨਾਂ ਨੂੰ ਫਲੋਪ ਕਰਦੇ ਕਿਸਾਨ ਯੂਨੀਅਨ ਦੇ ਜਿਹੜੇ ਧਰਨੇ ਲੱਗੇ ਨੇ ਉਹਨਾਂ ਨੂੰ ਉਹਨਾਂ ਦੀ ਮੰਨ ਕੇ ਚੱਲ ਉਹਨਾਂ ਦੀ ਜਿਹੜੀ ਲੜਾਈ ਆ ਉਹਨੂੰ ਲੜਾਈ ਨੂੰ ਠੰਡਾ ਮਾੜਾ ਇੱਧਰ ਧਿਆਨ ਰੱਖੀ ਲਾਈਵ ਫੋਕਸ ਰੱਖੀ ਵੀ ਜਿਹੜੇ ਉਹਨੂੰ ਲੜਾਈ ਨੂੰ ਠੰਡਾ ਕਰਨ ਦੇ ਲਈ ਸੁਖਵੀਰ ਬਾਦਲ ਨੇ ਰੈਲੀ ਰੱਖ ਲਈ ਇਹ ਤਾਂ ਹੁਣ ਬਾਈ ਜੀ ਜਿਵੇਂ ਉੱਥੋਂ ਮੋਦੀ ਹਜੇ ਵੀ ਬੈਠਾ ਮੋਦੀ ਪੰਜਾਬ ਨੂੰ ਚਲਾ ਰਿਹਾ ਅਕਾਲੀ ਦਲ ਦੇ ਵਿੱਚ ਚਲਾ ਰਿਹਾ ਆਪਦੇ ਬੰਦਿਆਂ ਦੇ ਚਲਾ ਰਿਹਾ ਮੋਦੀ ਤੁਸੀਂ ਗੱਲ ਨੂੰ ਸਮਝ ਨਹੀਂ ਰਹੇ ਗੱਲ ਨੂੰ ਫੋਲੋ ਹੀ ਨਹੀਂ ਕਰ ਰਹੇ ਮੋਦੀ ਕੀ ਕਹਿੰਦਾ ਮੋਦੀ ਵੀ ਵਿੱਚ ਵੜ ਕੇ ਇਹਨਾਂ ਦੇ ਨਾਟਕ ਡਰਾਮੇ ਕਰਾ ਕੇ ਵੀ ਲੋਕਾਂ ਨੂੰ ਖੁੱਦੂ ਬਣਾਓ ਮੈਂ ਸੱਚੀ ਗੱਲ ਬੋਲੂੰਗਾ ਚਾਹੇ ਮੇਰਾ ਜੋ ਮਰਜ਼ੀ ਹੋ ਜੇ ਜਿਹੜੇ ਮਰਜ਼ੀ ਤੁਸੀਂ ਮੈਨੂੰ ਧਮਕੀਆਂ ਦੇ ਦਿਓ ਜੋ ਮਰਜ਼ੀ ਕਰੋ ਪਰ ਮੇਰੇ ਤੁਸੀਂ ਭਰਾ ਹੋ ਮੈਨੂੰ ਕੋਈ ਚੱਕਰ ਨਹੀਂ ਤੁਸੀਂ ਮੈਨੂੰ ਜੋ ਮਰਜ਼ੀ ਕਰੋ ਮੇਰੇ ਕੋਲ ਧਮਕੀਆਂ ਸਾਰੀਆਂ ਪਹੁੰਚਣੀਆਂ ਮੇਰੇ ਕੋਲ ਮੈਸੇਜ ਕਾਲਾਂ ਮੇਰੇ ਕੋਲ ਸਾਰੀਆਂ ਕੁਝ ਪਹੁੰਚਣੀਆਂ ਪਰ ਮੈਂ ਸੱਚ ਬੋਲ ਰਿਹਾ ਸੱਚ ਨੂੰ ਹਮੇਸ਼ਾ ਹੀ ਜੇ ਬੰਦੇ ਨੇ ਕਿਹਨੇ ਸੱਚ ਬੋਲਿਆ ਗੁਰੂ ਤੇਗ ਬਹਾਦਰ ਜੀ ਦੀ ਮੈਂ ਤੁਹਾਨੂੰ ਸਭ ਨੂੰ ਪਤਾ ਕਿ ਉਹਨੂੰ ਜਾ ਕੇ ਦਿੱਲੀ ਦੇ ਵਿੱਚ ਜੇ ਉਹਨੇ ਸੱਚ ਬੋਲਿਆ ਤਾਂ ਸੀਸ ਕਟਾਉਣਾ ਤੱਤੀ ਦੇਵੀ 'ਤੇ ਬੈਠਣਾ ਪਿਆ ਯਿਸੂ ਮਸੀਹ ਸੱਚ ਬੋਲਿਆ ਦੁਨੀਆ ਦਾ ਬਲ ਦਾ ਇਤਿਹਾਸ ਪਰੋੜ ਕੇ ਦੇਖ ਲਓ ਪੜ੍ਹੋ ਮੈਂ ਇਤਿਹਾਸ ਪੜ੍ਹਦਾ ਮੈਨੂੰ ਕੋਈ ਲੋਕ ਕਹਿੰਦਾ ਵੀ ਤੂੰ ਕਿਤਾਬਾਂ ਪੜ੍ਹਿਆ ਕਰ ਮੈਂ ਨਹੀਂ ਕਿਤਾਬਾਂ ਪੜ੍ਹਦਾ ਮੈਂ ਕਿਹਾ ਮੈਂ 2 ਘੰਟੇ ਮੈਂ ਇੱਕ ਗੁਰੂ ਗ੍ਰੰਥ ਸਾਹਿਬ ਦੀ ਮੈਂ ਮਸਕੀਨ ਨੂੰ ਪੜ੍ਹਦਾ ਸਟੀਕ ਪੜ੍ਹਦਾ ਮੈਂ ਉਹਦਾ ਪੜ੍ਹਦਾ ਮੈਂ 1 ਘੰਟਾ 2 ਘੰਟੇ ਜਿੰਨਾ ਵੀ ਪੜ੍ਹਦਾ ਮੈਂ ਉਹ ਗਿਆਨ ਪੈਦਾ ਕਰਦਾ ਮੈਂ ਨਹੀਂ ਹੋਰ ਫਾਲਤੂ ਗਿਆਨ ਇਕੱਠਾ ਕਰਨਾ ਚਾਹੁੰਦਾ ਮੈਂ ਨਹੀਂ ਮੈਨੂੰ ਪਤਾ ਵੀ ਮੈਨੂੰ ਗੁਰੂ ਸ੍ਰੀ ਗੁਰਬਾਣੀ ਇੱਕ ਚੀਜ਼ ਸਿਖਾਈ ਹੈ ਵੀ ਸੱਚ ਬੋਲਣਾ ਤੁਸੀਂ ਉਹ ਮੈਂ ਸੱਚ ਬੋਲ ਰਿਹਾ ਇੱਥੇ ਸਭ ਨੂੰ ਇਹ ਗੱਲ ਤਾਂ ਸੱਚੀ ਦਿਖ ਰਹੀ ਹੈ ਉਈ ਭੈਣ ਜੋ ਮੈਥੋਂ ਨਾ ਕਈ ਵਾਰੀ ਬਾਈ ਬਣ ਕੇ ਮੈਂ ਜਜ਼ਬਾਤੀ ਹੁੰਦਾ ਮੈਂ ਤੋਂ ਗਾਲ ਜੀ ਨਿਕਲ ਜਾਂਦੇ ਮੈਂ ਨਹੀਂ ਹੁਣ ਨਹੀਂ ਕਰਦਾ ਕੋਈ ਵੀ ਮੈਨੂੰ ਬਹੁਤ ਭਰਾਵਾਂ ਨੇ ਕਿਹਾ ਵੀ ਭਾਵੇਂ ਤੇਰੇ ਵਾਸਤੇ ਚੰਗੀ ਗੱਲ ਨਹੀਂ ਮੈਂ ਕਿਹਾ ਮੈਂ ਨਹੀਂ ਕਰਦਾ ਵੀ ਉੱਥੇ ਜਾ ਕੇ ਜਿਹੜੇ ਸਿੰਗਰ ਆਰਟਿਸਟ ਤੁਸੀਂ ਆ ਰਹੇ ਹੋ ਜਾਂ ਤਾਂ ਸੱਚ ਬੋਲੋ ਜਾਂ ਫਿਰ ਧਰਨੇ ਦੇ ਵਿੱਚ ਆਓ ਗੱਲਾਂ ਦੋ ਨੇ ਮੈਂ ਤਾਂ ਇੱਕ ਗੱਲ ਸੱਚੀ ਗੱਲ ਕਹਿਣਾ ਵੀ ਜ਼ਿਆਦਾ ਤੁਸੀਂ ਸਿੱਧਾ ਉੱਥੇ ਆ ਕੇ ਮੋਦੀ ਦੇ ਇਕੱਲੇ 'ਤੇ ਨਾ ਚੜੋ ਮੋਦੀ ਤਾਂ ਬਕਾਊ ਆ ਮੋਦੀ ਦਾ ਸਭ ਪਤਾ ਜਾਂ ਤੁਸੀਂ ਉੱਥੇ ਜਾ ਕੇ ਸਿੱਧੀ ਗੱਲ ਬੋਲੋ ਵੀ ਸੁਖਵੀਰ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਇਹ ਵੀ ਸਾਡੇ ਦਿਲ 'ਤੇ ਸਾਹ ਕਰਕੇ ਆਏ ਨੇ ਕਿ ਵੀ ਸੱਚੀ ਗੱਲ ਬੋਲੋ ਜੇ ਤੁਹਾਡੇ ਜ਼ਰੂਰਤ ਆ ਪਰ ਤੁਸੀਂ ਨਹੀਂ ਤੁਸੀਂ ਕੀ ਕਰਦੇ ਹੋ ਤੁਸੀਂ ਤੁਹਾਡੇ ਵਿੱਚ ਤੁਸੀਂ ਕਈਆਂ ਨੇ ਮੰਨ ਕੇ ਚੱਲ ਏਜੰਸੀ ਵਾਲੇ ਧੱਕੇ ਚੜ੍ਹ ਕੇ ਕਈਆਂ ਬੰਦਿਆਂ ਨੇ ਹੋਰ ਧੱਕੇ ਚੜ੍ਹ ਕੇ ਵੀ ਜਾਓ ਤੁਹਾਡੇ ਮਗਰ ਜੂਤਾ ਤੁਹਾਨੂੰ ਫੋਲੋ ਕਰਤਾ ਤੁਸੀਂ ਜਾ ਕੇ ਇੱਕੋ ਹੀ ਗੱਲ ਕਰਨੀ ਆ ਵੀ ਫਿਲਹਾਲ ਜਿਹੜਾ ਮੁੱਦਾ ਸਾਰਾ ਸੈਂਟਰ ਸਰਕਾਰ 'ਤੇ ਗੇੜ ਦਿਓ ਵੀ ਸੈਂਟਰ ਗੌਰਮੈਂਟ ਨੂੰ ਸੈਂਟਰ ਗੌਰਮੈਂਟ ਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਡੇ ਗੱਲਾਂ ਕਹਿਣ ਦੇ ਨਾਲ ਤੁਹਾਡੇ ਧਰਨੇ ਲਾਉਣ ਦੇ ਨਾਲ ਤੁਹਾਡੇ ਗਾਲਾਂ ਕੱਢਣ ਦੇ ਨਾਲ ਸੈਂਟਰ ਗੌਰਮੈਂਟ ਨੂੰ ਕੋਈ ਫਰਕ ਨਹੀਂ ਪੈਂਦਾ ਵੀ ਤੁਸੀਂ ਹੁਣ ਕੀ ਕਰਨਾ ਤੁਸੀਂ ਹੁਣ ਜਿਹੜੇ ਪੰਜਾਬ ਦੇ ਲੀਡਰ ਮੰਨ ਕੇ ਚੱਲ ਵਿਕੇ ਨੇ ਉੱਥੇ ਜਾ ਕੇ ਤੁਸੀਂ ਉਹਨਾਂ ਦਾ ਦਾਗ ਧੋਣਾ ਤੁਸੀਂ ਉਹਨਾਂ ਦਾ ਦਾਗ ਧੋਣਾ ਸੈਂਟਰ ਸਰਕਾਰ ਦੀਆਂ ਗੱਲਾਂ ਕਰਕੇ ਵੀ ਇਹ ਪੋਲੀਟੀਕਲ ਪਾਰਟੀਆਂ ਵੀ ਇਸ ਬਿੱਲ ਲਈ ਆ ਗਈਆਂ ਸਾਰਾ ਕੁਝ ਬਿੱਲ ਲਈ ਆ ਗਈਆਂ ਪਰ ਉਹ ਦਾਗ ਧੋ ਕੇ ਤੁਸੀਂ ਦੁਬਾਰੇ ਫੇਰ ਇਹ 2022 ਦੇ ਵਿੱਚ ਇਹਨਾਂ ਨੇ ਇਹੀ ਕੰਮ ਕਰਨਾ ਚਲੋ ਇਹ ਤਾਂ ਤੁਸੀਂ ਗੱਲ ਤੁਸੀਂ ਸਮਝ ਕੇ ਹੋਵੋਗੇ ਜੇ ਗੱਲ ਸਾਰੀ ਮੋਦੀ ਨੂੰ ਕਹੀ ਹੈ ਨਾ ਮੋਦੀ ਮੋਦੀ ਤਾਂ ਮੇਰੇ ਨਿਗਾਹ
जे तुसीं उहदे कोले कोई भी चीज़ नूं जाके बेचोगे वह खरीदूगा तुहानूं। तुसीं पंजाब नूं जाके बेचिया तो उहने पंजाब नूं खरीदिया है। यही गल जी मैं हूँ जाके गल तुहानूं दूजी गल दसी है भी वह मन के चल वह दूसरा उहदा काम की आ, उहने पंजाब नूं खत्म करना। पंजाब नूं खत्म किवें करना? वह आर एस एस ने बनाया होया। आर एस एस कहिंदी आ पंजाब नूं खत्म कर, वह काम कर रहा मोदी का काम कर रहे हैं आपका। यह गल्ला तुहानूं समझनिया पैणियां। दूजी जिहड़ी तुसीं देखिया टोल टैक्स वाला मुद्दा, साडी अग्राहां पार्टी वल्लों मैं उन्हां दी बहुत रिस्पैक्ट करदा, सरदार जोगिंदर सिंह अग्राहां दी। मैं उन्हां दे विचार सुने, मैनूं उहदे विचार बहुत चंगे लगे, पर वह मेरे विचारां नूं समझण च उन्हां दा थोड़ा जिहा फर्क रह गया। मैं एक नौजवान, वह मैनूं कहिंदा वी तेरा खून तत्ता है। मेरा खून हैगा वी तत्ता जीगा, मैं तत्ता ही रखणा, जो कुछ होणा हो जाणगे। वह मैंने कहा तेरा खून तत्ता। मैं पहले दिन ही जाना साढ़िया गड्डिया उही टोल टैक्स वाले ने रोक लिया, जिहड़ा अज टोल टैक्सा का। देखो ये कोई मैं अज का नहीं, मेरा साल डेढ़ साल पहला का मुद्दा यह चुकया हुआ भी जदों भी कितने इन्होंने गराड़ी का धंधा अड़ गया। इन्होंने तो अज क्या सेंटर सरकार ने, मैं तो इदू पहला कही इन्हें ये सेंटर सरकार के टोल टैक्स ने गे, ये पंजाब दे विच पंजाब दे नौजवानों नूं छड्ड के यूपी बिहार के मुंडे ला के इत्थे धक्के सरेआम गुंडागर्दी करते ने गे। बठिंडे तो चलदे मैं तो यह गल किन्ने टाइम की पहला कही है ना भी 800-900 रुपया टोल टैक्स का लग रहा, उन्होंने गड्डी तेल नहीं खाती। मैं तो किन्ना टाइम यह पहला गल बोलती। हुण अग्राहां साडी जथेबंदी ने जोगिंदर साहब जी ने, मैं उन्होंने बहुत रिस्पैक्ट करदा उन्हां दी, उन्होंने कहा भी टोल टैक्सां दे सारे धरने लाओ। मैं एक गल कहना चाहुंदा अग्राहां साहब नूं, साढ़े सत्कारयोग रिस्पैक्ट ने, जे तुसीं मैनू अपना समझ लो ना, तुसीं मैनू अपना समझ लो। मैं टोल टैक्स जे मैं दो दिनों च खड़िया सारे, मेरे च इन्नी जरूरत है भी पंजाब दीआं सड़कां तों टोल टैक्स सदा लई ही पटदी, सदा लई ही टोल टैक्स पटदी। अग्राहां साहब नूं मेरी रिस्पैक्ट ही है, पर मैं तुहाडी हर एक गल नूं रूल नूं फॉलो करदा, मैं गल बाहर भी नहीं चलदा। पर हुण कारण की आ, मैं थोड़ा जिहा चलदा बागी हो गया, मैं चलदा थोड़ा जिहा उल्ट हो गया। मैं तो यही चीज़ों के पहले ही खिलाफ हाँ। मैं उत्तर उन्होंने सिंगे इसे करके गिड़ाया सीगा, जो टोल टैक्सा ना डाया से। तुसीं उत्थे गल बयान देता, तुसीं उत्थे भाषण देता भी भाना ये कर रहा, भाना जो कर रहा। मैं उत्थे की चाहा सीगा, चाहा सीगा वो जिहड़े मुंडे ने ना पंजाब दे, उन्होंने पंजाब दे मुंडे नूं पहला कड़ता सीगा सारे मुंडे नूं टोल टैक्स वाले नूं, भी इत्थे यूपी बिहार दे मुंडे रखांगे। इक्को ही वीडियो पाई सी, मुद्दा इन्ना ज़्यादा भाग गया कि साडे उत्थे टोल टैक्स नहीं कर सकते। कई बार यूपी बिहार के जो लाइव सुनते उन्होंने ये गल हो जाती है भी साढ़े यूपी बिहार माड़ा कहना है। मैं जो सिख पंथ है जो अपने ने, मैं उन्होंने माड़ा नहीं कह रहा। जो गुंडागर्दी पंजाब के करने, मैं उन्होंने माड़ा कहूंगा, मैं उन्होंने माड़ा कहूंगा, हमेशा माड़ा कहूंगा। यूपी बिहार के जो गुंडे ने, मैं उन्होंने माड़ा कह रहा, लोगों को माड़ा नहीं कह रहा। तो उत्थे सिंघ फसया, उत्थे जिथे भी मेरा टोल टैक्स है सिंघ फसया, मैं पट के ही निकलिया, मैं किसी अड़िया, मैं कितने खड़िया नहीं। अज तक मैं यह मुद्दा टोल टैक्स वाला पहला मैं दिखा दो भी कि बंद ने टोल टैक्स वाला मुद्दा चक्या। ठीक है, ठीक है, चलो गोल्डी कांग्रेस का मुद्दा सगा उन्हें चक्या, ठीक है, उन्हें उन्हें एक अलग वो बनाई, मैं वही भी वह भी मैं ठीक है, उन्हें जो काम कर जब उन्हें चक्या इतना पहला अपना चक्या हो। हाई लैवल से इंटरनेशनल पद्धर से जो इंटरनेशनल टोल टैक्स ने उन्होंने हथ पाने सिद्धू ने पाया हो, जिहड़े ये नैशनल टूल टैक्स ने। तो एक 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 लीडर ने होर मुद्दा उठाया, मुद्दा नाम नहीं लगा, वह बिकी गया वो टोल टैक्स, उन्होंने बड़ी बड़िया गड्डिया देती टोल टैक्स ने, वो जाकर उत्थे बिक गया भी मैं नहीं थोड़ी गल करता, तुसीं जो मर्जी लुटो पंजाब नूं जो मर्जी लुटो। जिहड़ी अग्राहां जथेबंदी आ, देखो बहुत ही निधड़क जथेबंदी आ, बहुत ही घैंट जथेबंदी आ, पर कारण की आ, कारण यही आ। मैं ठंडा होकर भी चल पूंगा, मैं सारा कुछ कर लूंगा। जोगिंदर सिंह अग्राहां की सोच भी बड़ी वधिया, बड़े वधिया। मैं उहदे ब्याह मैनूं उन्होंने आपदे नाल बच्चां वांगू समझाया, मैं समझा भी सारी गल नूं फॉलो भी करे, पर मैं तो जिहड़ा मेरे हुण यूथ के नौजवान दे विच की हुंदी आ, जिहड़े यूथ हुंदा जिहड़ा नौजवान हुंदा उहनूं पता हुंदा भी जिहड़ी अज दो सालां नूं गल होगी उह पहलां ही करदा। यूथ की एक सोच फर्क हुंदा भी जिहड़ा सानूं, जे यूथ चंगे पासे जिहनूं चलणा, यूथ दे कोले दिमाग ते यूथ कोले बहुत वड्डियां पावरां हुंदियां, क्योंकि जिन्ना जिन्ना साढ़े उन्हां कोले हुंदे ने तजर्बे, उन्हां कोले हुंदा प्रैक्टिकल, जिहड़े साढ़े वड्डे ने उन्हां कोले हुंदा प्रैक्टिकल। यूथ कोले हुंदी आ भी नैक्सट अगे इहनूं थोड़े समय के कवर किवें करना। असीं तां जिहड़े समयां नूं असीं देखदे आए हां, साढ़े समय असीं इस हौली हौली चीज़ां दे विच तां असीं पहलां गुलाम हो गए, समां तां लंघी तुर जांदा, समां कितें अज तक रुकिया नहीं, समां किसे दे पक्ष तां नहीं होया। पर गल इहदे विच थोड़े समय के वड्डे काम करने, थोड़े समय के वड्डे काम करने वो चीज़ आ, ये गल्लां नूं फॉलो करना पैणा। मैं गल्लां दोनों थोड़े नाल करनी सीगियां।
ਵੀ ਥੱਲੇ ਜਾ ਕੇ ਬੈਠੂੰਗਾ। ਅੱਜ ਵੀ ਧਰਨੇ ਚੱਲ ਰਹੇ ਸਾਰੇ ਯੂਥ ਨੂੰ ਮੈਂ ਮੇਰੇ ਨੌਜਵਾਨ ਭਰਾਵਾਂ ਨੂੰ ਬੇਨਤੀ ਕਰਦਾ, ਪਰ ਥੋੜ੍ਹਾ ਜਿਹਾ ਮੈਂ ਥੋੜ੍ਹਾ ਜਿਹਾ ਮੈਨੂੰ ਥੋੜ੍ਹਾ ਜਿਹਾ ਸਮਝਣਾ ਪਊ, ਮੈਂ ਹੋਰ ਟਾਈਪ ਦਾ, ਮੈਂ ਮੈਨੂੰ ਇਹ ਹੈ ਵੀ ਜਿੱਥੇ ਵੀ ਚੱਲਣਾ ਜਿਹੜੀ ਵੀ ਗੱਲ ਨੂੰ ਤੁਹਾਨੂੰ ਸਹੀ ਲੱਗ ਗਿਆ ਉਹੀ ਕੰਮ ਕਰੋ। ਇਹ ਥੋੜ੍ਹਾ ਵੀ ਘੁੰਮਣ ਘੇਰੀਆਂ ਦੇ ਵਿੱਚ ਪਊ, ਮੈਂ ਨਹੀਂ ਘੁੰਮਣ ਘੇਰੀਆਂ ਦੇ ਵਿੱਚ ਪੈਣਾ ਚਾਹੁੰਦਾ। ਜਿੱਥੇ ਜਿੱਥੇ ਵੀ ਧਰਨੇ ਲੱਗਦੇ ਨੇ ਅੱਜ ਸਾਰੇ ਹੀ ਟੋਲ ਟੈਕਸਾਂ ਦੇ, ਮੇਰੀ ਸੁਭਾਵਨਾ ਮੈਂ ਸਾਰੇ ਹੀ ਟੋਲ ਟੈਕਸਾਂ ਦੇ ਪਹੁੰਚਾਂ, ਖਾਸ ਕਰਕੇ ਬਠਿੰਡੇ ਬਰਨਾਲੇ ਵਾਲੇ ਸਾਰਿਆਂ ਦੀ। ਮੇਰੇ ਤਾਂ ਇਹ ਪੱਕੇ ਦੁਸ਼ਮਣ ਨੇਗੇ, ਮੇਰੇ ਤਾਂ ਇਹ ਪੱਕੇ, ਮੇਰੇ ਤਾਂ ਇਹਨਾਂ ਦਾ ਇੱਟ ਕੁੱਤੇ ਵਾਲਾ ਵੈਰ ਆ ਟੋਲ ਟੈਕਸਾਂ ਦਾ, ਇੱਟ ਕੁੱਤੇ ਵਾਲਾ ਵੈਰ ਆ। ਮੇਰੇ ਤਾਂ ਇਹ ਦਿਲ ਦੇ ਵਿੱਚ ਇਹ ਆ ਵੀ ਇਹਨਾਂ ਨੂੰ ਸਾਰਿਆਂ ਨੂੰ ਸਾਰਿਆਂ ਨੂੰ ਪੱਟ ਕੇ ਭਰਾਂ ਮਾਰਾਂ। ਹੁਣ ਤੁਹਾਡੀ ਦੇ ਵਿੱਚ ਸਭ ਤੋਂ ਵੱਡਾ ਮੇਰਾ ਖਿਆਲ ਤੁਹਾਡੇ ਇਹ ਗੱਲ ਹੁੰਦੀ ਹੈ ਵੀ ਜਿਹੜੇ ਟੋਲ ਟੈਕਸ ਰੋਡ ਬਣਾਏ ਗਏ ਨੇ ਸਾਡੀ ਫੈਸਿਲਿਟੀ ਲਈ ਬਣਾਏ ਗਏ ਨੇ। ਮੈਂ ਵੀ ਮੰਨਦਾ ਵੀ ਜਦੋਂ ਗੱਡੀ ਸਾਡੀ ਪਹਿਲਾਂ ਸਾਡੀ ਗੱਡੀ ਜਾਂਦੀ ਹੁੰਦੀ 2 ਘੰਟਿਆਂ ਦੇ ਵਿੱਚ ਪਟਿਆਲੇ, ਹੁਣ ਮੇਰੀ ਸਾਡੀ ਉਹੀ ਗੱਡੀ ਘੰਟੇ ਡੇਢ ਘੰਟੇ ਦੇ ਵਿੱਚ ਪਟਿਆਲੇ ਵਗ ਜਾਂਦੀ, 2-2.5 ਘੰਟੇ ਦੇ ਵਿੱਚ ਵਗ ਗਈ। ਮੈਂ ਮੰਨਦਾ ਵੀ ਸਾਡੀ ਫੈਸਿਲਿਟੀ ਲਈ ਰੋਡ ਬਣਾਏ ਨੇ। ਨੰਬਰ 1 ਦਾ ਸਭ ਤੋਂ ਪਹਿਲੀ ਵੱਡੀ ਗੱਲ ਤਾਂ ਸਾਰੇ ਟੋਲ ਟੈਕਸਾਂ ਤੋਂ ਦਰਖਤ, ਕਿੰਨੇ ਦਰਖਤ ਲੱਗੇ ਸੀਗੇ। ਸਾਡਾ ਸਭ ਤੋਂ ਪਹਿਲਾਂ ਬੰਦੇ ਨੂੰ ਜਿਉਣ ਲਈ ਚੰਗਾ ਵਾਤਾਵਰਨ ਦੀ ਲੋੜ ਆ, ਚੰਗੀ ਸਾਹ ਆਵੇ ਉਹਦੇ ਲਈ, ਕੋਠੀਆਂ, ਮਹਿਲ, ਮਨਾਰੇ, ਰੋਡ, ਉਹ ਸਾਰਾ ਕੁਝ ਬਾਅਦ ਚ ਮੈਟਰ ਕਰਦਾ। ਸਭ ਤੋਂ ਪਹਿਲਾਂ ਤਾਂ ਬੰਦੇ ਨੂੰ ਸਾਹ ਦੀ ਲੋੜ ਆ, ਸਭ ਤੋਂ ਪਹਿਲਾਂ ਸ਼ੁੱਧ ਹਵਾ ਦੀ ਲੋੜ ਹੈ। ਸਾਰੇ ਦਰਖਤ ਪੱਟ ਕੇ ਮਾਂ ਦੇ ਪੁੱਤਾਂ ਨੇ ਵੇਚ ਕੇ ਖਾ ਗਏ, ਸਾਰੇ ਦਰਖਤ ਪੱਟ ਕੇ ਵੇਚ ਕੇ ਖਾ ਗਏ, ਉਹਦਾ ਦਰਖਤਾਂ ਦਾ ਹਿਸਾਬ ਕਿਤਾਬ ਹੀ ਨਹੀਂ ਹੈਗਾ ਵੀ ਗਏ ਕਿੱਥੇ। ਫਿਰ ਇਹਨਾਂ ਨੇ ਕੀ ਕਰਿਆ, ਟੋਲ ਟੈਕਸ ਬਣਾਤੇ, ਰੋਡ ਬਣਾਤੇ, ਉਹ ਦਿੱਤੇ ਪ੍ਰਾਈਵੇਟ ਕੰਪਨੀਆਂ ਨੂੰ। ਕੈਨੇਡਾ ਦੀਆਂ ਕੰਪਨੀਆਂ ਨੇਗੀਆਂ, 1-2 ਵੱਡੀਆਂ ਕੰਪਨੀਆਂ ਨੇਗੀਆਂ, 1-1 ਤਾਂ ਵੀ ਕੈਨੇਡਾ ਦੀ ਕੰਪਨੀ ਹੋਣੀ, ਦੂਜੀ ਹੈਗੀ ਇਹ ਸਾਰੀਆਂ ਹੀ ਜਿਹੜੇ ਬੰਬੇ ਦੇ ਸਾਡੇ ਅਡਵਾਨੀ ਡਵਾਨੀਆਂ ਦੇ, ਇਹਨਾਂ ਦੇ ਕੰਪਨੀਆਂ ਨੇਗੀਆਂ ਜਿਹੜੀਆਂ ਟੋਲ ਟੈਕਸ ਇਹਨਾਂ ਨੇ ਰੋਡ ਬਣਾਏ। ਸਾਡੀ ਫੈਸਿਲਿਟੀ ਤੁਸੀਂ ਲਈ, ਤੁਸੀਂ ਰੋਡ ਬਣਾਤੇ। ਜੇਕਰ ਤੁਸੀਂ ਸਾਡੀ ਫੈਸਿਲਿਟੀ ਲਈ ਰੋਡ ਬਣਾਏ ਨੇਗੇ ਤਾਂ 100 ਰੁਪਏ ਦੀ ਪਰਚੀ ਲਾਉਣੀ ਜ਼ਰੂਰੀ ਹੈ। ਹਿਸਾਬ ਸਿਰ ਦੀ ਪਰਚੀ ਲਾਓ, 30-40 ਰੁਪਏ ਦੀ ਪਰਚੀ ਲਾਓ, ਜਿਹੜੀ 30 ਰੁਪਏ ਦੀ ਪਰਚੀ ਜਾਣ ਆਉਣ ਦੀ, 30 ਰੁਪਏ ਦੀ ਟੋਲ ਟੈਕਸ ਦੀ ਪਰਚੀ ਹੋਵੇ। ਜਿਹੜੀ ਵੱਡੀ ਹੈ, ਜਿੱਥੇ ਜਿੱਥੇ 50 ਰੁਪਏ ਦੀ ਪਰਚੀ ਹੈ, ਉਹ ਹੋਵੇ 20 ਰੁਪਏ ਦੀ ਪਰਚੀ, ਉਹ ਹੋਵੇ 15 ਰੁਪਏ ਦੀ ਪਰਚੀ, 20 ਰੁਪਏ ਦੀ ਪਰਚੀ। ਜਿਹੜੀ 50 ਰੁਪਏ ਦੀ ਪਰਚੀ ਕੱਟ ਰਹੇ ਨੇ ਉਹ 20 ਰੁਪਏ ਦੀ ਪਰਚੀ ਹੋਵੇ, ਜਿੱਥੇ 100 ਰੁਪਏ ਦੀ ਪਰਚੀ ਹੈ ਉਹ 30-40 ਰੁਪਏ ਦੀ ਪਰਚੀ ਹੋਵੇ। ਕਰੋੜਾਂ ਰੁਪਈਆ ਆਮਦਨ ਹੈ ਬਾਈ, 8-10 ਕਰੋੜਾਂ ਰੁਪਈਆ ਆਮਦਨ ਹੈ ਟੋਲ ਟੈਕਸਾਂ ਦੀ। 1 ਕਰੋੜ 1 ਟੋਲ ਟੈਕਸ ਦੀ ਗੱਲ ਕਰ ਰਹੇ ਹਾਂ। ਇਹ ਪਹਿਲਾਂ ਤੋਂ ਹੀ ਦਰਖਤ ਵੇਚ ਕੇ ਖਾ ਕੇ ਰੋਡ ਸਾਡੀ ਫੈਸਿਲਿਟੀ ਲਈ ਬਣਾਤੇ। ਜੇ ਤੁਸੀਂ ਜਿਹੜੇ ਮੰਨ ਕੇ ਚੱਲ, ਜਿਹੜੇ ਆਪਦੀ ਕੋਈ ਗੱਡੀ ਲੈ ਕੇ ਨਿਕਲਦਾ ਤਾਂ ਉਹ ਕੰਗਾਲ ਹੋ ਕੇ ਨਿਕਲਦਾ। ਇਹ ਗੱਲਾਂ ਨੂੰ ਸਮਝਣਾ ਪੈਣਾ, ਜਿਹੜੀਆਂ ਗੱਲਾਂ ਮੈਂ ਕਰਨਾ ਚਾਹੁੰਦਾ ਉਹਨਾਂ ਨੂੰ ਸਮਝਣਾ ਪੈਣਾ। ਇਹ ਬੰਦਾ ਗੱਲਾਂ ਕਰ ਕੀ ਰਿਹਾ, ਜਿਹੜੀ ਮੈਂ ਤੁਹਾਨੂੰ ਅੱਜ ਗੱਲ ਸਮਝਾਈ ਆ ਮੋਦੀ ਵਾਲੀ, ਇਹ ਗੱਲ ਨੂੰ ਵੀ ਤੁਹਾਨੂੰ ਸਮਝਣਾ ਪੈਣਾ। ਮੋਦੀ ਆ ਜਿਹੜਾ, ਮੋਦੀ ਉਹ ਚੰਗਾ ਬੰਦਾ ਮੇਰੀ ਨਿਗਾਹ ਦੇ ਵਿੱਚ। ਕਿਉਂ ਚੰਗਾ ਬੰਦਾ? ਕਿਉਂਕਿ ਜਿਨ੍ਹਾਂ ਨੇ ਉਹ ਬਣਾਇਆ, ਜਿਨ੍ਹਾਂ ਨੇ ਉਹ ਬਣਾਇਆ, ਬਣਾਇਆ ਕਿ ਨੇ RSS ਤੇ ਅਵਾਨੀਆਂ ਨੇ ਬਣਾਇਆ, ਉਹ ਅਵਾਨੀਆਂ ਦੇ ਕੰਮ ਕਰ ਰਿਹਾ, ਉਹ RSS ਦੇ ਕੰਮ ਕਰ ਰਿਹਾ। ਪਰ ਗੱਲ ਇੱਥੇ ਉਹ ਪੰਜਾਬ ਨੂੰ ਖਤਮ ਕਰਨਾ ਚਾਹੁੰਦਾ। ਜਿਹੜੀ ਗੱਲ ਇੱਥੋਂ ਦੀ ਆ, ਪੰਜਾਬ ਦੇ ਲੀਡਰਾਂ ਦੀ ਗੱਲ ਆ, ਪੰਜਾਬ ਦੇ ਲੀਡਰ ਸਾਨੂੰ ਵੇਚ ਕੇ ਆਏ ਨੇ ਸਾਡੇ ਪੰਜਾਬ ਨੂੰ, ਉੱਥੇ ਜਾ ਕੇ ਵੇਖੇ ਸਾਡਾ ਪੰਜਾਬ ਵੇਚਤਾ, ਉਹ ਤਾਂ ਖਰੀਦਣਗੀ, ਬਿਜ਼ਨਸਮੈਨ ਬੰਦੇ ਤਾਂ ਖਰੀਦਣਗੀ। ਬਸ ਮੈਂ ਇੰਨੀਆਂ ਤੁਹਾਡੇ ਨਾਲ ਗੱਲਾਂ ਕਰਨੀ, ਸਾਰੇ ਹੀ ਜਿੰਨੇ ਵੀ ਜਾਣੇ ਅੱਜ ਟੋਲ ਟੈਕਸਾਂ ਦੇ, ਵੱਧ ਤੋਂ ਵੱਧ ਨੌਜਵਾਨ ਪਹੁੰਚੋ, ਪਹੁੰਚ ਕੇ ਸਾਡੀ ਕਿਸਾਨ ਜਥੇਬੰਦੀਆਂ ਸਾਥ ਦਿਓ। ਕਿਸਾਨ ਜਥੇਬੰਦੀਆਂ ਨੇ ਜਿਹੜਾ, ਉਹਨਾਂ ਦਾ ਬਹੁਤ ਵੱਡੀ ਪੰਜਾਬ ਨੂੰ ਦੇਣਾ, ਲੀਡਰਾਂ ਦੀ ਕੋਈ ਡੱਕਾ ਦੇਣ ਨਹੀਂ ਹੈਗੀ। ਕਿਸਾਨ ਜਥੇਬੰਦੀ ਨੇ ਕੀ ਦੇਣਾ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ, ਜੇ ਅੱਜ ਪੰਜਾਬ ਦੀ ਖੇਤੀ ਰੁਕੀ ਖੜੀ ਆ, ਪੰਜਾਬ ਦਾ ਬਿਜਲੀ ਬੋਰਡ ਕਦੋਂ ਦਾ ਇਹ ਅਵਾਨੀ ਡਵਾਨੀ ਪ੍ਰਾਈਵੇਟ ਕਰਨ ਨੂੰ ਫਿਰਦੇ ਨੇ, ਉਹ ਸਿਰਫ ਔਰ ਸਿਰਫ ਪੰਜਾਬ ਦੇ ਯੂਨੀਅਨ ਕਰਕੇ ਰੁਕਿਆ ਖੜਾ, ਪੰਜਾਬ ਦੀਆਂ ਜਥੇਬੰਦੀਆਂ ਕਰਕੇ ਉਹ ਪ੍ਰਾਈਵੇਟ ਹੋਣ ਤੋਂ ਰੁਕਿਆ ਖੜਾ। ਪੰਜਾਬ ਦੇ ਵਿੱਚ ਜੇਕਰ ਸਾਡੀਆਂ ਜ਼ਮੀਨਾਂ ਜਦੋਂ ਆ ਕੇ ਡਵਾਨੀ, ਕੋਈ ਵੀ ਜਿੰਨਾ ਵੀ ਜਿਹੜੇ ਵੀ ਬਿਜ਼ਨਸਮੈਨ ਬੰਦੇ ਨੇ, ਚਲੋ 2 ਬਿਜ਼ਨਸਮੈਨ ਬੰਦਿਆਂ ਦੇ, ਸਾਰੇ 2-3 ਬੰਦਿਆਂ ਦੇ ਬਿਜ਼ਨਸਮੈਨਾਂ ਦੇ ਮੂੰਹ 'ਤੇ ਨਾ ਚੜ ਗਏ, ਜਦੋਂ ਵੀ ਇਹ ਬਿਜ਼ਨਸਮੈਨ ਬੰਦੇ ਆਉਂਦੇ ਨੇ ਪੰਜਾਬ 'ਤੇ ਆ ਕੇ ਜ਼ਮੀਨ 'ਤੇ ਕਬਜ਼ਾ ਕਰਨਾ ਚਾਹੁੰਦੇ ਨੇ, ਉਦੋਂ ਲੜਾਈਆਂ ਕਿਸਾਨ ਜਥੇਬੰਦੀ ਹੀ ਲੜਦੀ ਹੈ। ਜੇ ਰੇਟ ਤੁਹਾਨੂੰ ਮਿਲਦੇ ਨੇ ਤਾਂ ਕਿਸਾਨ ਜਥੇਬੰਦੀ ਕਰਕੇ ਹੀ ਜ਼ਮੀਨਾਂ ਦੇ ਰੇਟ ਮਿਲਦੇ ਨੇ, ਨਹੀਂ ਤੁਹਾਡੀਆਂ ਇਹ ਜ਼ਮੀਨਾਂ ਕੌਡੀ ਦੇ ਭਾਅ ਖਰੀਦਣ ਨੂੰ ਤਿਆਰ ਨੇ, ਨਹੀਂ ਤੁਹਾਡੇ ਪੰਜਾਬ ਨੂੰ ਗੁਲਾਮ ਕਰਨ ਤਿਆਰ ਨੇ। ਜਥੇਬੰਦੀ ਨਾਲ, ਕਿਸਾਨ ਜਥੇਬੰਦੀ ਨਾਲ ਵੱਧ ਤੋਂ ਵੱਧ ਸਾਥ ਦਿਓ। ਬਹੁਤ ਖੁਸ਼ੀ ਦੀ ਗੱਲ ਆ ਕਿ ਮੈਨੂੰ ਹੁਣ ਜਿਹੜੀਆਂ ਇਹਨਾਂ ਦੀਆਂ ਮੀਟਿੰਗਾਂ ਹੋਈਆਂ ਉੱਥੇ ਚੰਡੀਗੜ੍ਹ ਦੇ ਵਿੱਚ ਵੀ 31 ਜਥੇਬੰਦੀਆਂ ਇੱਕ ਹੋ ਕੇ ਚੱਲੀਆਂ ਨੇ, ਪਰ ਉਹਦੇ ਵਿੱਚ ਮੈਂ ਤੁਹਾਨੂੰ ਸਪਸ਼ਟ ਗੱਲ ਦੱਸ ਦਿੰਦਾ, ਤੁਹਾਡੇ ਸਭ ਤੋਂ ਵੱਡੇ ਗਦਾਰ, ਤੁਹਾਡੇ ਸਭ ਤੋਂ ਵੱਡੇ ਗਦਾਰ ਆਪਣੇ ਪੰਜਾਬ ਦੇ ਨੇ। ਜੇਕਰ ਕਿਸੇ ਵੀ ਬੁਲਾਰੇ ਨੇ ਬੋਲਣਾ, ਉਹਨੂੰ ਇਹ ਗੱਲ ਜ਼ਰੂਰ ਪੁੱਛੋ ਵੀ ਹੁਣ ਤੂੰ ਸਾਨੂੰ ਉੱਧਰਲੇ ਪਾਸੋਂ ਉਲਝਾ ਕੇ ਸਾਨੂੰ ਆਹ ਪੰਜਾਬ ਵਾਲੇ ਇਹਨਾਂ ਦਾ ਵੀ ਨਾਂ ਬੋਲੋ। ਮੈਂ ਬੇਨਤੀ ਕਰਨਾ ਚਾਹੁੰਦਾ, ਸਾਰੇ ਹੀ ਇਹ ਗੱਲਾਂ ਵਾਰ ਵਾਰ ਆ ਰਹੀਆਂ ਨੇ ਵੀ ਸੈਂਟਰ ਗੌਰਮੈਂਟ ਦੀਆਂ ਗੱਲਾਂ ਕਰੋ, ਕਿਉਂਕਿ ਜਿਹੜੇ ਇੱਥੇ ਜਿਨ੍ਹਾਂ ਨੇ ਸਾਨੂੰ ਵੇਚਿਆ ਉਹਨਾਂ ਦੇ ਦਾਗ ਧੋ, ਸੈਂਟਰ ਉੱਧਰ ਨੂੰ ਲੈ ਜਾਓ ਧਿਆਨ, ਸੈਂਟਰ ਗੌਰਮੈਂਟ ਵੱਲ ਧਿਆਨ ਲੈ ਜਾਓ। ਸੈਂਟਰ ਗੌਰਮੈਂਟ ਦਾ ਪਹਿਲਾਂ ਤੋਂ ਸਾਡੇ ਖਿਲਾਫ ਰਹੀ, ਉਹ ਤਾਂ ਸਾਨੂੰ ਚੰਗੀ ਤਰ੍ਹਾਂ ਪਤਾ, ਨਾਲ ਇਹਨਾਂ ਦਾ ਵੀ ਗਲਤ ਦੱਸੋ, ਠੀਕ ਹੈ, ਇਹਨਾਂ ਦੇ ਵੀ ਤਾਂ ਕਿ ਪਤਾ ਲੱਗ ਸਕੇ। ਹੁਣ ਇਹਨਾਂ ਨੇ ਬਹੁਤ ਸਾਰੇ ਕਲਾਕਾਰ ਇਹੋ ਜਿਹੇ ਛੱਡਤੇ ਵਿੱਚ, ਕਲਾਕਾਰ ਇਹੋ ਜਿਹੇ ਛੱਡਤੇ ਵੀ ਤੁਸੀਂ ਇਕੱਲਾ ਸੈਂਟਰ ਗੌਰਮੈਂਟ ਦੀਆਂ ਗੱਲਾਂ ਕਰਨੀਆਂ ਨੇ, ਇਕੱਲਾ ਮੋਦੀ ਦੀਆਂ ਗੱਲਾਂ ਕਰਨੀਆਂ ਨੇ, ਵੀ ਸਾਡੀਆਂ ਗੱਲਾਂ ਨਹੀਂ ਕਰਨੀਆਂ, ਵੀ ਉਹ ਜੂਥ ਦਾ ਧਿਆਨ, ਲੋਕਾਂ ਦਾ ਧਿਆਨ ਉੱਧਰ ਨੂੰ ਖਿੱਚ ਲਓ।
ਗੱਲਾਂ ਛੱਡੀਆਂ ਨੇ ਇਹਨਾਂ ਨੇ ਛੱਡ ਤੇ ਕਲਾਕਾਰ ਵੀ ਉੱਧਰ ਯੂਥ ਦਾ ਧਿਆਨ ਉੱਧਰ ਨੂੰ ਖਿੱਚੋ ਵੀ ਜਿਹੜੇ ਪੰਜਾਬ ਵਾਲੇ ਜਿੱਥੇ ਜਾ ਕੇ ਵੇਚਣ ਵਾਲੇ ਉਹਨਾਂ ਨੂੰ ਉਹਨਾਂ ਦਾ ਧਿਆਨ ਨਾ ਖਿੱਚੋ ਇਹ ਗੱਲ ਬੜੀ ਤੁਹਾਨੂੰ ਸੋਚੀ ਨਹੀਂ ਸਮਝ ਨਹੀਂ ਪੈਣੀ ਇਹ ਇਕੱਲੇ ਇਕੱਲੇ ਦੇ ਤੁਹਾਨੂੰ ਜਵਾਨ ਤੋਂ ਪਤਾ ਲੱਗ ਜਾਣੀ ਇਹ ਗੱਲ ਭਾਣਾ ਸਿੱਧੂ ਗੱਲ ਬੋਲਦਾ ਤਾਂ ਸੱਚੀ ਬੋਲਦਾ ਇੱਥੇ ਗੱਲ ਝੂਠ ਨਹੀਂ ਬੋਲਦਾ ਬਹੁਤ ਸਾਰੇ ਆਰਟਿਸਟ ਸਿੰਗਰ ਜੀ ਉਹਨਾਂ ਨੂੰ ਮੀਡੀਆ ਇਹ ਸਵਾਲ ਪੁੱਛਦਾ ਨਾ ਵੀ ਆਹ ਜਿਹੜੇ ਤੁਸੀਂ ਹਰਸਿਮਰਤ ਕੌਰ ਬਾਦਲ ਜਾਂ ਇਹਨਾਂ ਨੇ ਤਸੀਫਾ ਦਿੱਤਾ ਉੱਥੇ ਬੋਲਣ ਨੂੰ ਤਿਆਰ ਨਹੀਂ ਉਹਨਾਂ ਬਾਰੇ ਨਹੀਂ ਸਾਨੂੰ ਪਤਾ ਜੀ ਇਹ ਤਸੀਫਾ ਜਥੇਬੰਦੀ ਕਰਕੇ ਦਿੱਤਾ ਅਗਰਾਹਾਂ ਜਥੇਬੰਦੀ ਨੇ ਬਾਦਲਾਂ ਦੇ ਵਿੱਚ ਧੌਣ ਦੇ ਗੋਡਾ ਚੜ੍ਹਾਇਆ ਇਹ ਸਾਰੇ ਦਾ ਸਾਰਾ ਸ਼ੇਰਾ ਕਿਸਾਨ ਜਥੇਬੰਦੀਆਂ ਨੂੰ ਜਾਂਦਾ ਹੈ ਹੋਰ ਕਿਸੇ ਨੂੰ ਨਹੀਂ ਸਾਡੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਕਿ ਜੋ ਇੰਨੇ ਪੰਜਾਬੀ ਗਏ ਕਿਸਾਨਾਂ ਦੇ ਹੱਕ ਵਿੱਚ ਖੜੇ ਹਨ ਜੇ ਸਰਕਾਰ ਦੇ ਇਸ ਬਿੱਲ ਦਾ ਵਿਰੋਧ ਕਰ ਰਹੇ ਹਨ ਸਗੋਂ ਨੌਜਵਾਨਾਂ ਨੂੰ ਵੀ ਵੱਧ ਤੋਂ ਵੱਧ ਸਾਥ ਦੇ ਧਰਨੇ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ ਤਾਂ ਜੋ ਇਹ ਕਿਸਾਨ ਵਿਰੋਧੀ ਬਿੱਲ ਰੱਦ ਹੋ ਸਕੇ ਇਸ ਬਿੱਲ ਪ੍ਰਤੀ ਸਰਕਾਰ ਦੇ ਵਿਰੋਧ ਵਿੱਚ ਕੀ ਕਰਨਾ ਚਾਹੀਦਾ ਹੈ ਤੁਸੀਂ ਵੀ ਆਪਣੇ ਕਮੈਂਟ ਕਰ ਆਪਣੇ ਵਿਚਾਰ ਦੇਣਾ ਅਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਇਸ ਦੇ ਨਾਲ ਇਸ ਵੀਡੀਓ ਵਿੱਚ ਇੰਨਾ ਹੀ ਮਿਲਦੇ ਹਾਂ ਕਿਸੇ ਹੋਰ ਪੰਜਾਬੀ ਇੰਡਸਟਰੀ ਦੀ ਨਵੀਂ ਅਪਡੇਟ ਨਾਲ ਅਤੇ ਜੇਕਰ ਤੁਹਾਡੇ ਕੋਲ ਵੀ ਪੰਜਾਬੀ ਇੰਡਸਟਰੀ ਦਾ ਕੋਈ ਅਜਿਹਾ ਅਪਡੇਟ ਹੈ ਜੋ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ DM ਕਰ ਉਸਦੀ ਜਾਣਕਾਰੀ ਦੇ ਸਕਦੇ ਹੋ ਸਭ ਤੋਂ ਪਹਿਲਾਂ ਜਾਣਕਾਰੀ ਦੇਣ ਵਾਲੇ ਦਾ ਨਾਮ ਇਸ ਵੀਡੀਓ ਵਿੱਚ ਸ਼ੇਅਰ ਕੀਤਾ ਜਾਵੇਗਾ ਜੇਕਰ ਇਸ ਚੈਨਲ ਦੇ ਤੁਸੀਂ ਨਵੇਂ ਹੋ ਤਾਂ ਪੰਜਾਬੀ ਇੰਡਸਟਰੀ ਦੀਆਂ ਹਰ ਨਵੀਆਂ ਅਪਡੇਟਸ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ ਤੁਹਾਡਾ ਦਿਨ ਸ਼ੁਭ ਰਹੇ ਧੰਨਵਾਦ